ਗੁਜਰਾਂਵਾਲੇ ਦਾ ਮਹਾਰਾਜਾ ਰਣਜੀਤ ਸਿੰਘ ਪਹੁੰਚ ਗਿਆ ਐਂਡ ਵੇਟ ਕਰਦਾ ਹੋਇਆ ਲਾਹੌਰ ਦੇ ਅੰਦਰ ਔਰ ਆ ਕੇ ਕਬਜ਼ਾ ਕੀਤਾ ਲਾਹੌਰ ਦੇ ਵਿੱਚ। ਡੋਨ ਫਾਲਸ ਆਫ ਮੁਗਲ ਤੋਂ ਬਾਅਦ ਲਾਹੌਰ ਦੀ ਹਾਲਤ ਜਿਹੜੀ ਸੀ ਅਬਤਰ ਤੋਂ ਅਬਤਰ ਹੁੰਦੀ ਗਈ। 14 ਵਾਰ 'ਤੇ ਲਾਹੌਰ ਨੂੰ ਲੁੱਟਿਆ ਗਿਆ ਔਰ ਸਦਮੇ ਜਿਹੜੇ ਨੇ ਉਹ ਅਲੱਗ ਤੋਂ ਸਨ। ਤਖ਼ਤ ਲਾਹੌਰ ਨੇ ਬਹੁਤ ਕੁਛ ਦੇਖਿਆ, ਬੜੇ ਅਰੂਜ ਦੇਖੇ, ਬੜੇ ਜ਼ਵਾਲ ਦੇਖੇ, ਲੇਕਿਨ ਐਟਲੀਸਟ ਜਿਹੜਾ ਕਿਹਾ ਜਾਂਦਾ ਕਿ ਤੁਸੀਂ ਅਗਰ ਸਮਝਦੇ ਹੋ ਕਿ ਕੋਈ ਚੀਜ਼ ਨਹੀਂ ਹੈ ਤਾਂ ਰੱਬ ਉਹਦੀ ਮਦਦ ਕਰਦਾ ਹੈ ਔਰ ਉਹਨੂੰ ਸਾਹਮਣੇ ਲੈ ਕੇ ਆਉਂਦਾ ਹੈ। ਇਸੇ ਤਰ੍ਹਾਂ ਹੀ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਪੈਦਾ ਹੋਣ ਵਾਲਾ ਮਹਾਰਾਜਾ ਰਣਜੀਤ ਸਿੰਘ ਆ ਕੇ ਤਖ਼ਤ ਲਾਹੌਰ ਦਾ ਵਾਰਸ ਬਣਦਾ ਹੈ ਔਰ ਉਹ ਰਾਜ ਕਾਇਮ ਰਹਿੰਦਾ ਫਿਰ 48 ਸਾਲ ਤੱਕ। ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਤੋਂ ਰੈਨੋਵੇਟ ਕੀਤਾ ਜਾਂਦਾ ਹੈ। ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਬਣਦੀਆਂ ਨੇ ਕਿੱਥੇ, ਤਖ਼ਤ ਲਾਹੌਰ ਦੇ ਅੰਦਰ। ਮੈਂ ਕਹਾਂ ਕਿ ਅਗਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਹੈ ਜਾਂ ਉੱਥੇ ਦੀ ਬਣੀ ਹੋਈ ਬਾਕੀ ਲਾਹੌਰ ਦੇ ਤਾਰੀਖੀ ਗੁਰਦੁਆਰੇ ਨੇ ਉਹਨਾਂ ਦੀ ਰੈਨੋਵੇਸ਼ਨ, ਲਾਹੌਰ ਕਿਲ੍ਹੇ ਦੀ ਰੈਨੋਵੇਸ਼ਨ, ਨੌਰਥ ਵਾਲ ਆਫ ਜਿਹੜੀ ਹੈ ਲਾਹੌਰ ਫੋਰਟ ਜਿਹੜਾ ਮਸ਼ਵਰਾ ਦਿੰਦਾ ਹੈ ਜਨਰਲ ਹਰੀਸਿੰਘਨਲਵਾ ਵਰਗਾ ਕਾਮਯਾਬ ਜਰਨੈਲ, ਜਾਂ ਸਮਾਧੀ ਬਾਈ ਵਸਤੀ ਰਾਮ ਹੋਵੇ, ਜਾਂ ਸ਼ਹੀਦੀ ਅਸਥਾਨ ਗੁਰੂ ਸਾਹਿਬ ਦਾ ਹੋਵੇ, ਜਾਂ ਮਾਈ ਜਿੰਨਾਂ ਦੀ ਹਵੇਲੀ ਹੋਵੇ, ਜਾਂ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਹੋਵੇ, ਜਾਂ ਆਪਣੀ ਸਮਾਧੀਆਂ ਦੀ ਜਗ੍ਹਾ ਜਿਹੜੀ ਹੈ ਉਹਨੂੰ ਦਿਖਾਉਣਾ ਹੋਵੇ, ਮੈਂ ਕਹਿੰਦਾ ਵਾਂ ਕਿ ਲਾਹੌਰ ਇਜ਼ ਅ ਬੈਸਟ ਪਲੇਸ ਅਗਰ ਦੇਖਿਆ ਜਾਏ ਤਾਂ ਸਿੱਖ ਰਾਜ ਦਾ ਸਾਰਾ ਕੁਛ ਅਗਰ ਦੇਖਿਆ ਜਾਏ ਤਾਂ ਆ ਕੇ ਘੁੰਮਦਾ ਕਿੱਥੇ, ਲਾਹੌਰ ਦੇ ਅੰਦਰ। ਔਰ ਅਗਰ ਜ਼ਿਕਰ ਕੀਤਾ ਜਾਵੇ ਮਹਾਰਾਜਾ ਰਣਜੀਤ ਸਿੰਘ ਦੇ ਮੁਤਲਕ ਤਾਂ ਉਹਦਾ ਵੀ ਦਾਰੋ ਮਦਾਰ ਔਰ ਉਹਦੀ ਗ੍ਰੈਂਡ ਡਾਟਰ ਜਿਹੜੀ ਹੈ ਉਹ ਵੀ ਆ ਕੇ ਲਾਹੌਰ ਦੇ ਵਿੱਚ ਹੀ ਉਹਦੀ ਡੈਥ ਹੁੰਦੀ ਹੈ। ਮੈਂ ਕਹਾਂਗਾ ਕਿ ਕੋਹੇ ਨੂਰ ਪੰਨੇ ਦੀ ਗੱਲ ਹੋਵੇ ਅਤੇ ਭਾਵੇਂ ਜਿਹੜੀ ਹੈ ਤਖ਼ਤ ਦੀ ਗੱਲ ਹੋਵੇ ਲਾਹੌਰ ਦੇ, ਅਤੇ ਉਹ ਪੰਜਾਬ ਦੇ ਤਖ਼ਤ ਦੀ ਗੱਲ ਹੋਵੇ ਅਤੇ ਉਹਦੇ ਵਿੱਚ ਲਾਹੌਰ ਹੀ ਕਾਬਲੇ ਜ਼ਿਕਰ ਹੈ। 1810 ਤੋਂ ਅਰੂਜ ਸ਼ੁਰੂ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ, ਲਾਹੌਰ ਦਰਬਾਰ ਦਾ ਚਰਚਾ ਹੁੰਦਾ ਹੈ ਔਰ ਅੰਗਰੇਜ਼ ਸਰਕਾਰ ਨੂੰ ਵੀ ਪਤਾ ਲੱਗਦਾ ਹੈ ਕਿ ਵੀ ਪੰਜਾਬ ਦੇ ਵਿੱਚ ਇੱਕ ਲਾਹੌਰ ਸ਼ਹਿਰ ਦੇ ਉੱਤੇ ਜਿਹੜਾ ਬੁਰਜਮਾਨ ਮਹਾਰਾਜਾ ਹੈ ਮਹਾਰਾਜਾ ਰਣਜੀਤ ਸਿੰਘ ਹੈ, ਜਿਹਦੀ ਚਰਚਾ ਦੂਰ ਦੂਰ ਤੱਕ ਸੀ ਔਰ ਉਹਦੀ ਪੋਲਿਸੀਜ਼ ਜਿਹੜੀ ਸੀ ਉਹ ਉਸ ਵੇਲੇ ਦੀਆਂ ਬੈਸਟ ਪੰਜਾਬੀ ਪੋਲਿਸੀਜ਼ ਕਿਹਾ ਜਾਂਦੀਆਂ ਨੇ। ਔਰ ਕਿਹਾ ਜਾਂਦਾ ਹੈ ਕਿ ਉਸ ਰਾਜ ਦੇ ਅੰਦਰ 40 ਸਾਲ ਤੱਕ ਆਟਾ, ਚੀਨੀ ਔਰ ਘਿਓ ਦੇ ਜਿਹੜੇ ਦਾਮ ਸਨ ਉਹ ਇੱਕ ਰਹੇ ਸਨ ਔਰ ਕਦੀ ਜਿਹੜੀ ਸੀ 40 ਸਾਲ ਦੇ ਵਿੱਚ ਚੇਂਜ ਨਹੀਂ ਹੋਏ। ਔਰ ਉਸ ਦੌਰ ਦੇ ਵਿੱਚ ਪੰਜਾਬੀ ਕਰੰਸੀ ਇੰਨੀ ਪਾਵਰਫੁੱਲ ਸੀ ਕਿ ਅਗਰ ਉਸ ਦਾ ਕੰਪੈਰੀਜ਼ਨ ਜਿਹੜਾ ਉਹ ਅਮੈਰੀਕਨ ਡਾਲਰ ਦੇ ਨਾਲ ਕੀਤਾ ਜਾਵੇ ਜਾਂ ਕਿਸੇ ਹੋਰ ਨਾਲ ਕੀਤਾ ਜਾਵੇ ਤਾਂ ਉਸ ਵੇਲੇ 64 ਗੁਣਾ ਭਾਰੀ ਕਰੰਸੀ ਸੀ ਉਸ ਵੇਲੇ ਪੰਜਾਬ ਦੀ। ਪੰਜਾਬ ਇੰਨਾ ਸਟੇਬਲ ਸੀ ਔਰ ਪੰਜਾਬ ਦੀ ਐਜੂਕੇਸ਼ਨ ਰੇਸ਼ੋ ਜਿਹੜੀ ਸੀ ਉਸ ਦੌਰ ਦੇ ਵਿੱਚ ਬਹੁਤ ਅੱਛੀ ਸੀ, ਜਦਕਿ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਟੋਟਲੀ ਖੁਦ ਅਨਪੜ੍ਹ ਸੀ, ਲੇਕਿਨ ਤਾਲੀਮ ਵਾਸਤੇ ਉਹਦੀਆਂ ਗ੍ਰਾਂ ਕਦਰ ਜਿਹੜੀਆਂ ਸਨ ਖਿਦਮਾਤ ਸਨ। ਮੈਂ ਕਹਾਂਗਾ ਪੰਜਾਬ ਦਾ ਪਹਿਲਾ ਜ਼ਰਈ ਸਕੂਲ ਜਿਹੜਾ ਹੈ ਮਹਾਨ ਸਿੰਘ ਜ਼ਰਈ ਸਕੂਲ ਜਿਹੜਾ ਉਹਦੀ ਵੀ ਬੁਨਿਆਦ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਰੱਖੀ ਸੀ। ਔਰ ਇਸ ਤਰੀਕੇ ਨਾਲ ਅਰੂਜ ਤੋਂ ਜ਼ਵਾਲ ਵੱਲ, ਹਰ ਅਰੂਜ ਨੂੰ ਜ਼ਵਾਲ ਹੈ, ਮੈਂ ਕਹਾਂਗਾ ਜਿਹੜਾ ਬੰਦਾ ਪੀਕ 'ਤੇ ਜਾਂਦਾ ਅਤੇ ਉਹਨੂੰ ਇੱਕ ਵਾਰੀ ਫਿਰ ਜ਼ਵਾਲ ਆਉਂਦਾ ਹੈ, ਉਹ ਜ਼ਵਾਲ ਜਿਹੜਾ ਅਰੂਜ ਜਿਸ ਤਰ੍ਹਾਂ ਮੁਗਲ ਅੰਪਾਇਰ ਦਾ ਅਰੂਜ ਸੀ ਫਿਰ ਜ਼ਵਾਲ ਸ਼ੁਰੂ ਹੋਇਆ, ਇਸੇ ਤਰ੍ਹਾਂ ਜਿਹੜਾ ਉਹ ਸਿੱਖ ਅੰਪਾਇਰ ਦਾ ਅਰੂਜ ਆਇਆ ਔਰ ਉਸ ਤੋਂ ਬਾਅਦ ਫਿਰ ਜ਼ਵਾਲ ਵੀ ਹੋ ਗਿਆ। ਪੰਜਾਬ ਦਾ ਐਡਾ ਵੱਡਾ ਮਹਾਰਾਜਾ ਅਖੀਰ ਕਹਿੰਦੇ ਨੇ ਕਿ ਅਰੂਜ ਨੂੰ ਜਿਹੜਾ ਜ਼ਵਾਲ ਆਉਂਦਾ ਹੈ। ਪੰਜਾਬ ਦੀ ਬਾਉਂਡਰੀਜ਼ ਇੰਨੀਆਂ ਵੱਡੀਆਂ ਕਦੀ ਵੀ ਨਹੀਂ ਸਨ ਜਿਹੜੀਆਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਹ ਚੰਬੇ ਦੀਆਂ ਗਲੀਆਂ ਤੋਂ ਲੈ ਕੇ ਅਤੇ ਉਹ ਤਿੱਬਤ ਔਰ ਤਿੱਬਤ ਤੋਂ ਲੈ ਕੇ ਜਮਰੋਦ ਔਰ ਜਮਰੋਦ ਤੋਂ ਡੇਰਾ ਗਾਜ਼ੀ ਖਾਨ ਉਹਦੇ ਮਜ਼ਾਫਾਤ ਔਰ ਉੱਥੋਂ ਬਹਾਵਲਪੁਰ ਸਟੇਟ ਦੇ ਨਾਲ ਮੁਲਤਾਨ ਦੇ ਨਾਲ ਜਾ ਕੇ ਜੁੜੀਆਂ ਹੋਈਆਂ ਪੰਜਾਬ ਦੀਆਂ ਜਿਹੜੀਆਂ ਬਾਉਂਡਰੀ ਸਨ। ਮੈਂ ਕਹਾਂਗਾ ਕਿ ਇੰਨਾ ਵੱਡਾ ਪੰਜਾਬ ਕਦੀ ਨਹੀਂ ਸੀ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ, ਜਿਹਨੂੰ ਕਿ ਅਖੰਡ ਪੰਜਾਬ ਕਿਹਾ ਜਾਂਦਾ ਸੀ। ਅਖੀਰ ਉਹਦਾ ਡਾਊਨਫਾਲ ਹੋਇਆ, ਮਹਾਰਾਜਾ ਦੇ ਬੱਚੇ ਉਹਨਾਂ ਦੀ ਵੀ ਆਪਸ ਦੇ ਵਿੱਚ ਨਾ ਬਣੀ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵਜ਼ੀਰ ਮਸ਼ੀਰ ਸਨ ਉਹੀ ਉਹਦੇ ਖਾਨਦਾਨ ਦੇ ਦੁਸ਼ਮਣ ਬਣੇ ਔਰ ਉਹੀ ਉਹਦੇ ਖਾਨਦਾਨ ਨੂੰ ਖਤਮ ਕਰਨ ਦਾ ਬਣੇ। ਰਲ ਕੇ ਮਿਲੀ ਜਿਹੜੀ ਹੈ ਸ਼ਹਿ ਮਿਲੀ ਉਹ ਬ੍ਰਿਟਿਸ਼ ਅੰਪਾਇਰ ਨੂੰ ਮਿਲੀ ਔਰ ਅਖੀਰ 1848 ਦੇ ਵਿੱਚ ਇਹ ਪੰਜਾਬ ਰਾਜ ਜਿਹੜਾ ਉਹ ਆਖਰ ਦਮ ਤੋੜ ਗਿਆ ਔਰ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਹੋਇਆ ਜਿਹੜਾ ਇੱਕ ਸਿੱਖ ਅੰਪਾਇਰ ਸੀ ਉਹ ਖਤਮ ਹੋ ਗਿਆ। ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਦਾਸਤਾਨ, ਕਿਸ ਤਰ੍ਹਾਂ ਪੰਜਾਬ ਦੀ ਧਰਤੀ ਨੇ ਸਦਮੇ ਚੀਲੇ, ਕਿਸ ਤਰ੍ਹਾਂ ਇਹਦੇ 'ਤੇ ਅਰੂਜ ਆਇਆ, ਕਿਸ ਤਰ੍ਹਾਂ ਇਹਦੇ 'ਤੇ ਜ਼ਵਾਲ ਆਇਆ, ਕੀ ਇਹਦੇ ਨਾਲ ਬੀਤੀਆਂ, ਇਹਨਾਂ ਸਾਰੀਆਂ ਕਹਾਣੀਆਂ ਨੂੰ ਸੁਣਨ ਵਾਸਤੇ ਤੁਸੀਂ ਦੇਖੋ ਪੰਜਾਬ ਹੈਰੀਟੇਜ
दास्तान। आओ तो तुहानू फिर लाहौर के अंदर बने हुए सिख अंपायर के मोनूमेंट्स और उन्होंने इंपोर्टेंस और उन्होंने अहमियत जी है वो उजागर करने हैं कि किहड़ी शै किन्ने बनवाई और उहदी की अहमियत सी वक्त के लिहाज नाल। तो आओ फिर देखते हैं तख्त लाहौर नूं। यह है जी बुरज ऑफ लाहौर। महाराजा रणजीत सिंह ने जिहड़ा बड़े चावां दे नाल शीश महल के उत्ते मुगलों के बनाए हुए शीश महल के उत्ते एक बड़ा वड्डा बुरज जिहड़ा तुहानूं नज़र आ रहा है उहनूं कहिंदे ने लाहौर बुरज, जिहदे तां कहा जांदा है उच्चे बुरज लाहौर दे। यह उही बुरज है जिहनूं कि उच्चा बुरज लाहौर का कहा गया सी। यह महाराजा रणजीत सिंह ने ड्यूरिंग खालसा राज जिहड़ा सी यह बनवाया सी और लैफ्ट और राइट दो सन। एक बुरज जिहड़ा उस जलजिले के दौरान और आसमानी बिजली गिरी सी तो बुरज डिग पिया और दूसरा बुरज जिहड़ा अज भी अपनियां शानां जिहड़ियां दिखा रहा है। दूसरे पासे जिहड़ा है यह तुहानूं नज़र आ रही है वॉल, वॉल ऑफ आ लाहौर फोर्ट। लाहौर फोर्ट की वॉल दीवार जी लाहौर फोर्ट की यह मुगलिया आर्कीटेक्चर के मुगलिया दौर का हिस्सा नहीं सी क्योंकि इतने जिस जगह से असं खलोते हुए हैं इस वेले इतने कभी दरियाए रावी वगदा सी मुगलिया दौर के इस वास्ते इतने दीवार बनाने की जरूरत नहीं सी। दीवार बनवाई सी ऑन द ओपिनियन ऑफ जनरल हरी सिंह नलवा के कहने पर डिफेंस पॉलिसी मुरतब दिंदे हुए उन्होंने कहा कि भी जोड़े भी लोग जो नॉर्थ वैसट तो आ रहे सन यानी कि पख्तून कबायल सन या अफगान ट्राइब सन जदों भी आते सन तो वह इस जगह तो हमला करते सन लिहाजा इस जगह उत्ते लिया के यह दीवार जी बनाएगी जिदे एट ए टाइम दो घोड़े और छे पैदल सवार जोड़े सन वो चलते सन और दिफाई सूरत हाल यदि देखो कि तीन एंगल के उत्ते बने हुए ने तीन एंगल के उत्ते बनिया हुई जड़िया पिस्तौलों ने लम्बिया बंदूक उन्हां नाल और गर्म पानी करके तो सुटिया जाता सी और चौथा जिहड़ा बिल्कुल थले कि कोई निशाना किसी का खता ना चला जाए। जिहड़ा मैं कहना वा कि इन्नी जबरदस्त पॉलिसी सी ताई करके 48 साल तक जिहड़ा खालसा राज जिहड़ा वो चलिया वरना मैं कहना वा बहुत मुश्किल सी कि भी इन्नी देर तक जिहड़ा 48 तो 49 साल तक जिहड़ा खालसा राज चल पाता या पंजाबी राज चल पाता। मैं जब भी इस दीवार नूं देखना वा तो मैं महाराजा रणजीत सिंह याद आता और इस खूबसूरत आर्कीटेक्चर जिहड़ा दीवार का इनू गवर्नमेंट ऑफ पाकिस्तान दोबारा तो प्रिजर्व कर रही है और आर्कियोलॉजी डिपार्टमेंट का भी शुक्रगुजार हाँ कि नाल बनिया हुई समाधियां दीवार और सुने कि यह वॉल फ्रेस्को भी जिहड़ा जिहड़ा कि महाराजा रणजीत सिंह के दौर और उस तो बाद फिर 1951 और 20 साल पहले होया से हुण दोबारा इन रेनोवेशन की जा रही है। तुसीं देख रहे हो पंजाब हैरीटेज दास्तान।